ਵਿੱਚ ਕੁਝ ਕਨਫਿਊਜ਼ਨ ਥੋੜੀ ਜਿਹੀ ਇਹ ਰਹਿੰਦੀ ਹੈ ਹਲੇ ਕਿ ਆਪਾਂ ਇਸ ਨੂੰ ਲਾਗੂ ਕਿਵੇਂ ਕਰਾਂਗੇ। ਦੇਖੋ ਜੀ, ਕੋਵਿਡ ਦੇ ਰਹਿੰਦੇ ਹਲੇ ਵੀ ਆਪਣਾ ਖਤਰਾ ਬਿਲਕੁਲ ਟਲਿਆ ਨਹੀਂ ਹੈ, ਕੇਸਿਸ ਹਲੇ ਵੀ ਆ ਰਹੇ ਨੇ, ਅਤੇ ਇਸ ਕਰਕੇ ਅਸੀਂ ਇਹਦਾ ਜਿਹੜਾ ਆਰਡਰ ਬਣਾਉਣਾ ਹੈ ਉਹ ਲੋਕਾਂ ਦੀ ਜ਼ਰੂਰਤ ਨੂੰ ਰੱਖ ਕੇ, ਧਿਆਨ ਵਿੱਚ ਰੱਖ ਕੇ, ਉਹਨਾਂ ਦੇ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਾਉਂਦੇ ਹੋਏ, ਅਤੇ ਕਿਤੇ ਵੀ ਕੋਈ ਰਸ਼ ਨਾ ਪਏ, ਕਿਤੇ ਕੋਈ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਏ। ਅਤੇ ਪ੍ਰੋਸੀਜਰ ਇੱਥੋਂ ਦੀ ਅਸੀਂ ਤੁਹਾਨੂੰ ਦੇਵਾਂਗੇ ਕਿ ਅਸੀਂ ਕਿਸ ਤਰੀਕੇ ਨਾਲ ਅਪਲਾਈ ਕਰਨੀ ਹੈ, ਕਿਸ ਤਰੀਕੇ ਨਾਲ ਦੁਕਾਨਾਂ ਖੁੱਲ੍ਹਣਗੀਆਂ, ਉਸੇ ਤਰੀਕੇ ਨੂੰ ਤੁਸੀਂ ਦੁਕਾਨਾਂ ਖੋਲ੍ਹਣਾ, ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਸਮਾਂ ਉਹ ਅਸੀਂ ਇਸ ਕੋਵਿਡ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਇਹਦੇ ਨਾਲ ਲੜ ਸਕੀਏ, ਅਤੇ ਨਾਲੇ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਅਤੇ ਆਪਣੇ ਜਿਹੜੇ ਕਮਾਈ ਦੇ ਸਾਧਨ ਹੈ ਉਹਨਾਂ ਵਿੱਚ ਵੀ ਅਸੀਂ ਕੰਪਰੋਮਾਈਜ਼ ਨਾ ਕਰੀਏ।